ਮਾਸ਼ਾਅੱਲਾ ਮੈਂ ਕਿਹਾ ਸਰਦਾਰੀ ਸਾਹਿਬ ਦੀ ਰਾਤੀ ਕਾਲ ਆਈ ਸੀ ਮੈਨੂੰ ਕਹਿੰਦੇ ਨੇ ਕਿ ਵੀ ਕੱਲ੍ਹ ਨਾ ਦੁਪਹਿਰ ਦਾ ਖਾਣਾ ਮੇਰੇ ਨਾਲ ਖਾਣਾ ਅਤੇ ਮੈਂ ਤੇਰੇ ਵਾਸਤੇ ਬਣਾਈਆਂ ਨੇ ਭਿੰਡੀ ਗੋਸ਼ਤ ਤੈਨੂੰ ਪਤਾ ਵੀ ਭਿੰਡੀ ਗੋਸ਼ਤ ਮੈਂ ਆਪ ਆਪਣੇ ਹੱਥੀ ਬਣਾਉਂਦਾ ਗਿਆ ਅਤੇ ਭਿੰਡੀ ਗੋਸ਼ਤ ਪੱਕਿਆ ਹੋਇਆ ਸੀ ਮੈਨੂੰ ਕਹਿੰਦੇ ਨੇ ਰੋਟੀ ਸ਼ੁਰੂ ਕਰੀਏ ਮੈਂ ਕਿਹਾ ਕਰੋ ਜੀ ਅਤੇ ਵੱਡੇ ਚਮਚੇ ਦੋ ਭਰ ਕੇ ਅਤੇ ਮੇਰੀ ਪਲੇਟ 'ਚ ਪਾਏ ਨੇ ਅਤੇ ਆਪ ਚਾਹ ਦੀ ਚਮਚ ਦੇ ਨਾਲ ਸਾਰਿਆਂ ਨੂੰ ਪਾਇਆ ਮੈਂ ਕਿਹਾ ਭਾਜਨ ਮੈਨੂੰ ਦੋ ਵੱਡੇ ਚਮਚੇ ਅਤੇ ਆਪ ਚਾਹ ਵਾਲੀ ਚਮਚ ਕਹਿੰਦੇ ਨੇ ਪੁੱਤਰ ਮੈਂ ਸਿਰਫ 10%।